गुड मॉर्निंग क्लब की तरफ से मनवाल पार्क में पौधारोपण कार्यक्रम का आयोजन क्लब के प्रतिनिधियों द्वारा किया गया, जिसमें विशेष तौर से प्रेस क्लब के प्रधान एनपी धवन समेत अन्य गणमान्य शामिल हुए। इस मौके पर गणमान्यों ने कहा कि पर्यावरण की सुरक्षा हम सबका पहला कर्तव्य है, इसलिए ज्यादा से ज्यादा पेड़ पौधे लगाकर वातावरण साफ सुथरा बनाने में योगदान देना चाहिए। ਮਨਵਾਲ ਸਟੇਡੀਅਮ 'ਚ ਸਾਰੇ ਅਸੀਂ ਇਕੱਤਰ ਹੋਏ ਨੇ। ਮਨਵਾਲ ਸਟੇਡੀਅਮ 'ਚ ਅਸੀਂ ਥੋੜ੍ਹੇ ਚਿਰ ਤੋਂ ਹੀ ਸੈਰ ਕਰ ਰਹੇ ਹਾਂ ਅਤੇ ਅਸੀਂ ਇੱਕ ਉਪਰਾਲਾ ਕੀਤਾ ਧਵਨ ਸਾਹਿਬ ਦੇ, ਰੰਧਾਵਾ ਸਾਹਿਬ ਦੇ ਅਤੇ ਹੋਰ ਆਪਣੇ ਜਿਹੜੇ ਸੱਜਣ ਨੇ ਇੱਥੇ ਸੈਰ ਕਰਦੇ ਨੇ ਅਤੇ ਚਲੋ ਇੱਥੇ ਪਰਿਆਵਰਨ ਨੂੰ ਠੀਕ ਕਰਨ ਲਈ ਕੁਝ ਇੱਥੇ ਬੂਟੇ ਲਗਾਏ ਜਾਣ ਅਤੇ ਸਟੇਡੀਅਮ ਦੀ ਹੋਰ ਵੀ ਇਹਦੀ ਕੋਈ ਰੱਖ ਰਖਾਵ ਜਾਂ ਇਹਦੀ ਕੋਈ ਵਧੀਆ ਬਿਹਤਰੀ ਵਾਸਤੇ ਕੁਝ ਕੰਮ ਕੀਤੇ ਜਾਣ। ਉਹਦੇ ਵਿੱਚ ਪਹਿਲਾਂ ਹੀ ਅੱਜ ਤੋਂ ਮਹੀਨਾ ਕੁ ਪਹਿਲਾਂ ਇੱਥੇ ਏਡੀਸੀ ਸਾਹਿਬ ਨੂੰ ਬੁਲਾਇਆ ਸੀ, ਕੁਝ ਉਹਨਾਂ ਨੇ ਸਾਨੂੰ ਇੱਥੇ ਦੱਸਿਆ ਸੀ ਵੀ ਆਹ ਅਸੀਂ ਕੰਮ ਕਰਾਵਾਂਗੇ। ਉਹ ਕੰਮ ਮੈਂ ਤੁਹਾਨੂੰ ਦੱਸਦਾ, ਮੈਨੂੰ ਖੁਸ਼ੀ ਹੋ ਰਹੀ ਆ ਵੀ ਉਹ ਕੰਮ ਜਿਹੜੇ ਆ ਸਾਡੇ ਕੋਲ ਅੱਜ ਐਸ ਟੀ ਓ ਪੰਚਾਇਤੀ ਰਾਜ ਵੀ ਆਏ, ਉਹ ਸਾਡੇ ਸੈਂਕਸ਼ਨ ਹੋ ਕੇ ਐਸਟੀਮੇਟ ਤੋਂ ਚਲ ਗਿਆ, ਡੀਸੀ ਸਾਹਿਬ ਨੂੰ ਚਲ ਗਿਆ ਅਤੇ ਜਲਦੀ ਉਹ ਸਾਡੇ ਕੰਮ ਸ਼ੁਰੂ ਹੋ ਜਾਣਗੇ। ਅੱਜ ਅਸੀਂ ਅਹਿਮਦ ਮੰਟੂ ਜੀ ਦੀ ਅਧਿਕਸ਼ਤਾ 'ਚ ਉਹਨਾਂ ਨੂੰ ਇੱਥੇ ਬੁਲਾ ਕੇ ਅਤੇ ਅਸੀਂ ਬੂਟੇ ਲਵਾਏ ਨੇ ਤੇ ਬੂਟਿਆਂ ਦੇ ਨਾਲ ਹਰਿਆ ਭਰਿਆ ਉਹ ਹੋਣ ਦੀ ਮਤਲਬ ਸਾਨੂੰ ਆਸ ਆ ਵੀ ਅਗਲੇ ਸਾਲ ਤੱਕ ਬੂਟੇ ਹੋ ਜਾਣਗੇ। ਤੇ ਮੈਂ ਇਹ ਅਪੀਲ ਕਰਦਾ ਆਪਣੇ ਆਲੇ ਦੁਆਲੇ ਜਿਹੜੇ ਕੋਈ ਲੋਕੀ ਆਂਢ ਗੁਆਂਢ ਇੱਥੇ ਸਟੇਡੀਅਮ ਦੇ ਵਿੱਚ ਆਉਂਦੇ ਨੇ, ਹਰ ਬੰਦਾ ਆਪਣੇ ਜਨਮ ਦਿਨ ਤੇ ਜਾਂ ਮੈਰਿਜ ਐਨਵਰਸਰੀ ਤੇ ਜਾਂ ਬੱਚਿਆਂ ਦੇ ਜਨਮ ਦਿਨ ਤੇ ਇੱਥੇ ਬੂਟੇ ਲਵਾਵੇ, ਇੱਥੇ ਆਪਣਾ ਯੋਗਦਾਨ ਪਾਵੇ ਤਾਂ ਜੋ ਜਿਹੜਾ ਸਟੇਡੀਅਮ ਹੈ ਇੱਕ ਬਿਹਤਰ ਸਟੇਡੀਅਮ ਬਣ ਕੇ ਤੇ ਉੱਭਰ ਸਕੇ ਆਉਣ ਵਾਲੇ ਸਮੇਂ ਦੇ ਵਿੱਚ। ਧੰਨਵਾਦ। ਪਿਛਲੇ ਦਿਨਾਂ 'ਚ ਇੱਥੇ ਲਗਾਤਾਰ ਸੈਰ ਕਰਦੇ ਹਾਂ ਅਤੇ ਸੈਰ ਕਰਨ ਵਾਲੇ ਜਿਹੜੇ ਸਵੇਰੇ ਸਾਥੀ ਆਉਂਦੇ ਆ ਉਹਨਾਂ ਨੇ ਆਪਣੀ ਮਨਵਾਲ ਮੋਰਨਿੰਗ ਵਾਕ ਕਲੱਬ ਬਣਾਈ, ਜਿਹਦਾ ਮਕਸਦ ਆ ਕਿ ਇਸ ਸਟੇਡੀਅਮ ਨੂੰ ਸਭ ਤੋਂ ਵੱਧ ਸੁੰਦਰ ਬਣਾਇਆ ਜਾਵੇ, ਇੱਥੇ ਬੂਟੇ ਲਾਏ ਜਾਣ, ਇੱਥੇ ਰੰਗ ਰੋਗਨ ਹੋਵੇ, ਇੱਥੇ ਪਾਣੀ ਦਾ ਚੰਗਾ ਪ੍ਰਬੰਧ ਹੋਵੇ, ਇੱਥੇ ਸਾਫ਼ ਸਫਾਈ ਦਾ ਚੰਗਾ ਪ੍ਰਬੰਧ ਹੋਵੇ। ਅਤੇ ਅਸੀਂ ਸਮਝਦੇ ਹਾਂ ਕਿਉਂਕਿ ਅੱਜ ਜਿਹੜੀ ਲੋੜ ਆ ਸਾਡੇ ਪੰਜਾਬ ਨੂੰ, ਸਾਡੇ ਦੇਸ਼ ਨੂੰ, ਸਾਰੀ ਦੁਨੀਆ ਨੂੰ, ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਆ, ਵਾਤਾਵਰਨ ਜਿਹੜਾ ਅਸ਼ੁੱਧ ਹੋ ਰਿਹਾ ਉਹਨੂੰ ਸ਼ੁੱਧ ਕਰਨ ਵਾਸਤੇ ਇਹ ਵੱਧ ਤੋਂ ਵੱਧ ਬੂਟੇ ਲੱਗਣ, ਵੱਧ ਤੋਂ ਵੱਧ ਸਾਫ਼ ਸਫਾਈ ਹੋਵੇ। ਅਤੇ ਸਾਡਾ ਇਹੋ ਮਕਸਦ ਆ ਕਿ ਆਹ ਜਿਹੜਾ ਸਾਡਾ ਸਟੇਡੀਅਮ ਹੈ ਇਹਨੂੰ ਅਸੀਂ ਆਉਣ ਵਾਲੇ ਇੱਕ ਸਾਲ ਦੇ ਅੰਦਰ ਅੰਦਰ ਬਹੁਤ ਵਧੀਆ ਇੱਕ ਪਠਾਨਕੋਟ ਦੇ ਵਿੱਚ ਮਤਲਬ ਜ਼ਿਕਰ ਕਰਨ ਯੋਗ ਹੋਏਗਾ ਕਿ ਉਹ ਸਟੇਡੀਅਮ ਬਹੁਤ ਸੋਹਣਾ ਵਾ, ਲੋਕ ਇੱਥੇ ਆ ਕੇ ਇਹਦਾ ਇੰਜੋਏ ਕਰਨਗੇ, ਬੱਚੇ ਖੇਡਣਗੇ, ਇੱਥੇ ਮੈਚ ਹੁੰਦੇ ਆ, ਕ੍ਰਿਕਟ ਦੇ ਮੈਚ ਹੁੰਦੇ ਆ, ਬੱਚੇ ਰਨਿੰਗ ਕਰਦੇ ਆ, ਸਵੇਰੇ ਸੈਰ 'ਤੇ ਔਰਤਾਂ ਮਰਦ ਸਾਰੇ ਆਉਂਦੇ ਆ। ਅਤੇ ਸਾਡਾ ਇਹੋ